ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਪਿੰਡ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਰਾਪਰ ਰਾਪਰ 2 ਦੇ ਵਿੱਚ ਜਿਹੜੀ ਸੰਗਤ ਧਰਨੇ ਤੇ ਜਾ ਰਹੀ ਹੈ। ਇੱਕ ਜਿਵੇਂ ਕਿ ਪਿਛਲੇ ਜਿਹੜੀ 26 ਜਨਵਰੀ ਨੂੰ ਘਟਨਾ ਹੋਈ ਸੀ ਉਸ ਤੋਂ ਬਾਅਦ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਕਿ ਜਿਹੜਾ ਮੋਰਚਾ ਹੈ ਥੋੜਾ ਠੰਡਾ ਪੈ ਗਿਆ ਤੇ ਗੋਦੀ ਮੀਡੀਆ ਵੱਲੋਂ ਖਾਸ ਕਰਕੇ ਇਹੀ ਚੀਜ਼ਾਂ ਦਿਖਾਈਆਂ ਜਾਂਦੀਆਂ ਸੀ। ਇਸ ਕਰਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੋਵੇ ਜਾਂ RSS ਦੇ ਬੰਦੇ ਲਾ ਲਓ ਜਾਂ ਕੁਛ ਮਿਲ ਕੇ ਉੱਥੇ ਮਤਲਬ ਗੰਦ ਪਾਉਣ ਦੇ ਆਪਣੇ ਧਰਨੇ ਨੂੰ ਫੇਲ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਤੇ ਇੱਕ ਜਿਹੜਾ ਹੁਣ ਉਸ ਤੋਂ ਬਾਅਦ ਰਾਕੇਸ਼ ਟਕੈਤ ਦੀ ਜਿਹੜੀ ਉਹਨਾਂ ਨੇ ਹੰਝੂ ਸੀਗੇ ਉਸ ਨੂੰ ਦੇਖਦੇ ਹੋਏ ਬੜੀ ਗਿਣਤੀ ਵਿੱਚ ਲੱਖਾਂ ਕਿਸਾਨ ਦੁਬਾਰਾ ਉੱਥੇ ਜਾਣੇ ਸ਼ੁਰੂ ਹੋ ਗਏ ਤੇ ਹੋਰ ਵੀ ਕਿਸਾਨ ਜਥੇਬੰਦੇ ਸਾਰੇ ਜਿਹੜੇ ਸਾਡੇ ਆਗੂ ਹੈ ਉਹਨਾਂ ਨੇ ਬੇਨਤੀ ਕੀਤੀ ਕਿ ਧਰਨੇ ਨੂੰ ਅਸੀਂ ਕਮਜ਼ੋਰ ਨਹੀਂ ਕਰਨਾ। ਵੱਡੀ ਸੰਖਿਆ ਵਿੱਚ ਕਿਸਾਨ ਦੁਬਾਰੇ ਜਾਣੇ ਸ਼ੁਰੂ ਹੋ ਗਏ ਤੇ ਜਿਹੜਾ ਗੋਦੀ ਮੀਡੀਆ ਕਹਿ ਲਓ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਹੈ ਤੇ ਇੱਕ ਚਪੇੜ ਅਸੀਂ ਅੱਜ ਸਾਡੇ ਪਿੰਡੋਂ ਮਾਰਨ ਜਾ ਰਹੇ ਹਾਂ। ਇੱਥੋਂ ਜਿਹੜੀ ਸਾਡੀ ਸੰਗਤ ਜਾ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੇ ਹੋਰ ਵੀ ਮੈਂ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਰਾਜਨੀਤਿਕ ਉੱਥੇ ਜਿਹੜਾ ਮਨਾ ਕੀਤਾ ਗਿਆ ਸੀ ਧਰਨੇ ਦੇ ਵਿੱਚ ਵੀ ਕੋਈ ਰਾਜਨੀਤਿਕ ਬੰਦਾ ਨਾ ਆਵੇ, ਇਹਦਾ ਮਤਲਬ ਮੈਂ ਕਿਸੇ ਨਾਲ ਗੱਲਬਾਤ ਕਰ ਰਿਹਾ ਸੀ ਉਹ ਕਹਿੰਦੇ ਵੀ ਸਾਡੇ ਕਾਂਗਰਸੀਆਂ ਨੂੰ ਤਾਂ ਉੱਥੇ ਕੋਈ ਵੜਨ ਨਹੀਂ ਦਿੰਦਾ, ਸਾਡੇ ਆਗੂ ਗਏ ਸੀ ਉੱਥੇ, ਜੇ ਕੋਈ ਇੱਕ ਕਿਸਾਨ ਬਣ ਕੇ ਜਾਂਦਾ ਹੈ ਕੋਈ ਆਪਦੀ ਰਾਜਨੀਤਿਕ ਝੰਡਾ ਲੈ ਕੇ ਨਹੀਂ ਜਾਂਦਾ ਉੱਥੇ ਸਭ ਕੋਈ ਜਾ ਸਕਦਾ, ਉੱਥੇ ਕਿਸੇ ਨੂੰ ਕੋਈ ਰੋਕ ਨਹੀਂ ਹੈਗੀ, ਪਰ ਕੋਈ ਆਪਦਾ ਰਾਜਨੀਤਿਕ ਆਪਦੀ ਪਾਰਟੀ ਦਾ ਨਾਂ ਤੇ ਨਾ ਜਾਵੇ, ਉੱਥੇ ਹਰ ਕੋਈ ਜਾ ਸਕਦਾ। ਤਾਂ ਮੈਂ ਸਾਰੇ ਪਾਰਟੀਆਂ ਵਾਲਿਆਂ ਨੂੰ ਵੀ ਬੇਨਤੀ ਕਰੂੰਗਾ ਜਿਵੇਂ ਕੋਈ MLA ਆ ਸਾਡੇ ਏਰੀਏ ਦਾ, ਚਾਹੇ ਕੋਈ ਆਮ ਆਦਮੀ ਪਾਰਟੀ ਦਾ, ਕਾਂਗਰਸ ਦਾ, ਚਾਹੇ ਅਕਾਲੀ ਜੋ ਵੀ ਹੈ, ਉਹ ਸਾਰੇ ਆਪੋ ਆਪਦਾ ਫਰਜ਼ ਨਿਭਾਉਣ, ਪਿੰਡਾਂ ਦੇ ਵਿੱਚ ਆਪੋ ਆਪਦੀ ਪਾਰਟੀਆਂ ਨੂੰ ਭੇਜਣ, ਪਰ ਇਹ ਜ਼ਰੂਰ ਹੈ ਵੀ ਉਹ ਕਿਸਾਨੀ ਝੰਡੇ ਦੇ ਨਾਲ ਹੇਠ ਜਾਣ, ਕੋਈ ਆਪਣੀ ਪਾਰਟੀ ਵੱਲੋਂ ਨਾ ਕੁਛ ਵੀ ਕੀਤਾ ਜਾਵੇ। ਅਤੇ ਹੋਰ ਸਰਪੰਚ ਜਿੰਨੇ ਵੀ ਆਸੇ ਪਾਸੇ ਪਿੰਡਾਂ ਦੇ ਸਰਪੰਚ ਹੈ, ਜਿਵੇਂ ਸਾਡੇ ਪਿੰਡ ਦੇ ਵਿੱਚ ਦੋ ਪਿੰਡਾਂ ਰਾਪਰ 1 ਅਤੇ 2, ਇਹਨਾਂ 'ਚ ਕਮੇਟੀਆਂ ਬਣਾਈਆਂ ਗਈਆਂ ਨੇ, ਉਹ ਕਮੇਟੀਆਂ ਦੇ ਜ਼ਰੀਏ ਹਰ ਵਾਰਡ ਦੇ ਹਿਸਾਬ ਦੇ ਨਾਲ ਡਿਊਟੀ ਲੱਗੂਗੀ, 10-10 ਬੰਦਿਆਂ ਦਾ ਜੱਥਾ ਜਿਹੜਾ ਜਾਇਆ ਕਰੂਗਾ, 5-5 ਦਿਨ ਜਾਇਆ ਕਰਨਗੇ। ਸਾਰੇ ਪਿੰਡਾਂ ਦੇ ਵਿੱਚ ਸਾਰੇ ਸਰਪੰਚਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸੇ ਤਰ੍ਹਾਂ ਹੀ ਪ੍ਰਬੰਧ ਕਰਨ। ਅਤੇ ਹੋਰ ਇੱਕ ਜਿਹੜਾ ਵੀ ਕੋਈ ਜਿਵੇਂ ਅੱਗੇ ਵੋਟਾਂ ਆ ਰਹੀਆਂ ਨੇ, ਕੋਈ ਵੀ MLA ਕੋਈ ਵੀ ਕਿਸੇ ਵੀ ਪਾਰਟੀ ਦਾ, ਅਸੀਂ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ, ਕੋਈ ਵੀ ਬੰਦਾ ਆਊਗਾ ਤਾਂ ਅਸੀਂ ਉਹਨੂੰ ਪਹਿਲਾਂ ਪਿੰਡ ਦੇ ਵਿੱਚ ਆਉਣ ਵੋਟਾਂ ਲੰਘਣ ਆਊ, ਅਸੀਂ ਇਹ ਪੁੱਛਾਂਗੇ ਤੁਹਾਡਾ ਦਿੱਲੀ ਸੰਘਰਸ਼ ਦੇ ਵਿੱਚ ਕੀ ਯੋਗਦਾਨ ਸੀਗਾ, ਤੁਸੀਂ ਸਾਡੇ ਲਈ ਕੀ ਕੀਤਾ। ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਸਾਰੇ ਆਪੋ ਆਪਦੇ ਸਾਬਕਾ ਜਿਹੜੀ ਪੰਚਾਇਤ ਹੈ, ਮੌਜੂਦਾ ਪੰਚਾਇਤ, ਸਾਰੇ ਜਿਵੇਂ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਉਸੇ ਤਰ੍ਹਾਂ ਹੀ ਆਪਣਾ ਜਿਹੜਾ ਫਰਜ਼ ਨੂੰ ਨਿਭਾਉਂਦੇ ਹੋਏ ਕਮੇਟੀਆਂ ਬਣਾਉਣ। ਅਤੇ ਮੈਂ ਆਪਣੇ ਵੱਲੋਂ ਵੀ, ਮੇਰੀ ਜਿਹੜੀ ਸੰਸਥਾ ਵੱਲੋਂ, ਹੋਰ ਜਿਹੜੇ ਨਾਲ ਮੁੰਡੇ ਦੋਸਤ ਜੁੜੇ ਹੋਏ ਆ, ਅਸੀਂ ਵੀ ਪਿੰਡੋਂ ਪਿੰਡੀ ਜਾ ਕੇ ਲੋਕਾਂ ਨੂੰ ਸੁਚੇਤ ਕਰਾਂਗੇ ਕਿ ਜਿੰਨੇ ਕੁ ਜਿਵੇਂ ਕਿ ਹੁਣ ਹਿੰਸਾ ਹੋ ਰਹੀ ਆ ਉੱਥੇ, ਲੜਾਈ ਝਗੜੇ, ਜਿਵੇਂ ਆਪਾਂ ਕੱਲ੍ਹ ਦੇਖਿਆ ਵੀ ਪੈਟਰੋਲ ਬੰਬ ਸੁੱਟੇ ਗਏ, ਹੋਰ ਵੀ ਜਿਹੜਾ ਖਾਲਸਾ ਦੀ ਬਿਜਲੀ ਕੱਟੀ ਗਈ, ਜਾਂ ਉਹ ਜਿਵੇਂ RSS ਦੇ ਬੰਦੇ ਵਿੱਚ ਲਿਆ ਕੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਇਹ ਸਾਰੇ ਤਾਂ ਹੋ ਗਿਆ ਸੀ ਕਿਉਂਕਿ ਇਹ ਗੱਲ ਵੀ ਆਪਾਂ ਨੂੰ ਮੰਨਣੀ ਪਊਗੀ, ਥੋੜ੍ਹੀ ਉੱਥੇ ਗਿਣਤੀ ਘੱਟ ਗਈ ਸੀ, ਥੋੜ੍ਹੀ ਉਸ ਟਾਈਮ 26 ਦੀ ਘਟਨਾ ਬਾਅਦ ਘੱਟ ਗਈ, ਪਰ ਹੁਣ ਨਹੀਂ, ਹੁਣ ਬਹੁਤ ਸੰਖਿਆ ਦੇ ਵਿੱਚ ਉੱਥੇ ਲੋਕ ਜਾ ਰਹੇ ਆ, ਜਿੰਨੀ ਜ਼ਿਆਦਾ ਗਿਣਤੀ ਦੇ ਵਿੱਚ ਆਪਾਂ ਜਾਵਾਂਗੇ, ਆਪਾਂ ਏਕਾ ਦਿਖਾਵਾਂਗੇ, ਉਨੀ ਉੱਥੇ ਮਾਹੌਲ ਸ਼ਾਂਤ ਰਹੂਗਾ ਅਤੇ ਕਿਸੇ ਦੀ ਹਿੰਮਤ ਨਹੀਂ ਹੋਊਗੀ। ਜੇ ਜ਼ਿਆਦਾ ਗਿਣਤੀ 'ਚ ਕਿਸਾਨ ਹੋਣਗੇ ਤਾਂ ਸਾਡੇ 'ਤੇ ਹਿੰਸਾ ਕਰ ਹੀ ਨਹੀਂ ਸਕਦੇ, RSS ਦਾ ਸਿਰਫ 150 ਬੰਦਾ ਜਾਂ ਜਿਹੜਾ ਵੀ ਕੋਈ ਵੀ ਆਇਆ ਸੀਗਾ ਹਿੰਸਾ ਵਾਲੇ ਲੋਕ ਆਏ, ਸਿਰਫ 150 ਬੰਦਾ ਸੀ, ਜੇ ਉੱਥੇ ਪੂਰੀ ਗਿਣਤੀ ਵਿੱਚ ਕਿਸਾਨ ਹੋਣਗੇ ਉਹਨਾਂ ਦੀ ਕੀ ਹਿੰਮਤ ਹੋਊਗੀ ਸਾਡੇ 'ਤੇ ਹਮਲਾ ਕਰ ਜਾਣਗੇ। ਸੋ ਇਹੀ ਬੇਨਤੀ ਕਰਦੇ ਹਾਂ ਅਸੀਂ ਵਾਰ ਵਾਰ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਉੱਥੇ ਜਾਓ, ਜਿੰਨੀ ਸਾਡੀ ਜ਼ਿਆਦਾ ਗਿਣਤੀ ਹੋਊਗੀ ਸਾਡਾ ਏਕਾ ਹੋਊਗਾ, ਉਨਾ ਹੀ ਸਾਡਾ ਸੰਘਰਸ਼ ਜਿਹੜਾ ਸ਼ਾਂਤਮਈ ਰਹੂਗਾ। ਮੀਡੀਆ ਦੇ ਵਿੱਚ ਇਹ ਵੀ ਸੁਣਨ ਨੂੰ ਆ ਰਿਹਾ ਕਿ ਜਿਹੜਾ ਪੁਲਿਸ ਕਰਮੀ ਸੀਗੇ ਉਹਨਾਂ ਨੇ ਮਨਾ ਕਰਤਾ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਰਨ ਨੂੰ, ਅਤੇ ਉਹਨਾਂ ਨੇ ਆਪਣੀ ਜੌਬ ਤੋਂ ਜਿਹੜਾ ਅਸਤੀਫਾ ਦੇ ਦਿੱਤਾ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤਰ੍ਹਾਂ ਦਾ ਜਜ਼ਬਾ ਜਿਹੜਾ ਉਹਨਾਂ ਨੇ ਦਿਖਾਇਆ। ਅਤੇ ਹੋਰ ਵੀ ਇੱਕ ਨਿਊਜ਼ ਹੋਰ ਸੁਣੀ ਸੀ, ਜਿਹੜੇ ਬੀਤੇ ਦਿਨੀ ਹੰਗਾਮਾ ਹੋਇਆ ਸੀ ਉਹਨਾਂ 'ਤੇ ਪਰਚਾ ਕੀਤਾ ਸੀ IPS ਔਫੀਸਰ ਨੇ, ਉਹਨਾਂ ਨੇ ਵੀ ਆਪਣੀ ਪਰਚਾ ਦੇਣ ਤੋਂ ਬਾਅਦ ਆਪਣੀ ਜਿਹੜੀ ਜੌਬ ਤੋਂ ਅਸਤੀਫਾ ਦੇ ਦਿੱਤਾ IPS ਔਫੀਸਰ ਨੇ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਹੁਣ ਮੋਦੀ ਨੂੰ ਸੋਚਣਾ ਚਾਹੀਦਾ ਕਿ ਬਿੱਲ ਸਾਡੇ ਜਲਦੀ ਵਾਪਸ ਲਵੇ, ਨਹੀਂ ਇਹ ਮਾਹੌਲ ਹੋਰ ਖਰਾਬ ਵੀ ਹੋ ਸਕਦਾ ਹੈ ਅਤੇ ਮੋਦੀ ਖੁਦ ਆਪਣਾ ਨੁਕਸਾਨ ਕਰ ਰਿਹਾ। ਜਿਵੇਂ ਕਿ ਆਰਮੀ ਦੇ ਵਿੱਚੋਂ ਵੀ ਨੌਜਵਾਨਾਂ ਨੇ ਵੀਡੀਓ ਪਾਈ ਸੀ ਕਿ ਜੇਕਰ ਮੋਦੀ ਸਾਡੇ ਕਿਸਾਨਾਂ 'ਤੇ ਕੋਈ ਵੀ ਹਮਲਾ ਕਰਾਉਂਦਾ ਜਾਂ ਕੋਈ ਵੀ ਹਿੰਸਾ ਕਰਵਾਉਂਦਾ, ਕੋਈ ਵੀ ਗੋਲੀ ਨਹੀਂ ਚਲਾ ਸਕਦੇ, ਕੋਈ ਵੀ ਐਕਸ਼ਨ ਨਹੀਂ ਲੈ ਸਕਦੇ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਜੌਬ ਛੱਡ ਦਾਂਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹੁਣ ਮੋਦੀ ਨੂੰ ਜਿੱਦ ਛੱਡਣੀ ਚਾਹੀਦੀ ਹੈ ਅਤੇ ਜਿਹੜੇ ਆਪਦੇ 3 ਕਾਲੇ ਕਾਨੂੰਨ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ, ਤਾਂ ਜੋ ਖੁਸ਼ੀ ਖੁਸ਼ੀ ਸਾਡੇ ਕਿਸਾਨ ਆਪੋ ਆਪਦੇ ਘਰਾਂ ਦੇ ਵਿੱਚ ਆ ਜਾਣ ਅਤੇ ਸਾਰੇ ਸ਼ਾਂਤਮਈ ਜਿਹੜਾ ਉੱਥੇ ਪ੍ਰਦਰਸ਼ਨ ਕਰ ਰਹੇ ਆ। ਤਾਂ ਉਸ ਚੀਜ਼ ਨੂੰ ਦੇਖ ਕੇ ਇੱਕ ਜਿਹੜਾ ਸੰਯੁਕਤ ਰਾਸ਼ਟਰ ਵੱਲੋਂ ਵੀ ਮੈਸੇਜ ਆਇਆ ਸੀਗਾ ਵੀ ਮੋਦੀ ਨੂੰ ਜਲਦ ਤੋਂ ਜਲਦ ਜਿਹੜੇ ਸ਼ਾਂਤਮਈ ਕਿਸਾਨ ਅੰਦੋਲਨ ਕਰ ਰਹੇ ਆ ਉਹਨਾਂ ਨੂੰ ਮੰਨ ਕੇ ਇੱਕ ਕਾਨੂੰਨ ਵਾਪਸ ਲੈਣੇ ਚਾਹੀਦੇ ਆ। ਅਤੇ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਬੇਨਤੀ ਹੈ ਕਿ ਸਾਰੇ ਪਿੰਡਾਂ ਦੇ ਵਿੱਚ ਸਾਰੇ ਸਰਪੰਚ MLA ਜੋ ਵੀ ਪਾਰਟੀ ਦੇ ਹੈ ਆਪੋ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਆਪੋ ਆਪਣੇ ਵਰਕਰਾਂ ਨੂੰ ਉੱਥੇ ਭੇਜੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਏਕਤਾ ਜਿੰਦਾਬਾਦ।